ਤੂੰ ਮੇਰਾ ਭਾਈ ਹਬੀਬ ਹੈ, ਮੈਨੂੰ 72 ਸਾਲ ਹੋ ਗਿਆ ਤੈਨੂੰ ਲੱਭਦਿਆਂ ਨੂੰ, ਅਗਰ ਤੂੰ ਮੈਨੂੰ ਦੇਖਦਾ ਤਾਂ ਮੇਰੇ ਨਾਲ ਰਾਬਤਾ ਕਰ। ਮੈਂ ਬਹੁਤ ਤਰਸਿਆ, ਜ਼ਿੰਦਗੀ ਦਾ ਪਤਾ ਕੋਈ ਨਹੀਂ, ਹੈ ਨਹੀਂ, 80 ਸਾਲ ਉਮਰ ਹੋ ਗਈ ਆ, ਕੀ ਪਤਾ ਕਿਹੜੇ ਵੇਲੇ ਚੱਲ ਜਾਣਾ। ਚਲੋ ਜੀਤੇ ਜੀਤੇ ਮਿਲ ਜੀਤੇ। ਬਚਪਨ ਵਾਲਾ ਯਾਰ ਨਾ ਸਿਰ ਮਿਲਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ। ਹਾਂਜੀ, ਮੇਰਾ ਭਾਈ ਲੈ ਗਿਆ, ਮੇਰੀ ਮਾਂ ਗਈ ਸੀ ਨਾਨਕਿਆਂ ਦੇ। ਕਿਹੜਾ ਨਾਨਕੇ ਕਿਹੜਾ ਪਿੰਡ ਤੁਹਾਡਾ? ਨਾਨਕੇ ਦਾ ਪਿੰਡ ਕਿਹੜਾ? ਫੂਲੇ ਵਾਲਾ ਧਨੌਲੇ ਦੇ ਨਾਲ। ਫੂਲੇ ਵਾਲਾ ਧਨੌਲੇ ਦੇ ਨਾਲ ਕੋਈ ਮੇਰੀ ਮਾਂ ਗਈ ਸੀ ਨਾਨਕਿਆਂ ਦੇ। ਹਾਂਜੀ, ਬੱਚਾ ਸੀਗਾ ਦੋ ਚੌਂ ਸੀ ਨਾਲ ਲੈ ਗਈ। ਹਾਂਜੀ, ਪਿੱਛੇ ਸਾਡੇ ਜ਼ਹਿਰ ਜਲਾ ਮੱਚ ਗਿਆ। ਹਾਂਜੀ, ਹੈ ਜੋ ਉੱਥੇ ਮਰ ਗਿਆ। ਹਾਂਜੀ, ਹੈ ਜਿਹੜਾ ਹਰਜੜਾ ਮੱਚਿਆ ਉਹਦੇ ਵਿੱਚ ਹੀ ਹੋ ਗਏ। ਮੇਰਾ ਪਿਓ ਮਾਰਤਾ ਸੀ ਮਿਲਟਰੀ ਨੇ, ਖਰੇ ਕੀਤੀ ਮਿਲਟਰੀ ਨੇ। ਮਿਲਟਰੀ ਅੱਛਾ ਜੀ, ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ ਹੁਣ? ਬਹੁਤ ਪੁੱਛੀ ਨਾ, ਲਾਸ਼ਾਂ ਨੇ ਉੱਤੋਂ ਰਾਤ ਨੂੰ 9 ਵਜੇ ਅਸੀਂ ਉਹਨਾਂ ਫਾਇਰਿੰਗ ਬੰਦ ਕੀਤੀ ਮਿਲਟਰੀ ਨੇ। ਹਾਂਜੀ, ਗੋਰਖਿਆ ਦੀ ਮਿਲਟਰੀ ਸੀ, ਪਤਾ ਨਹੀਂ ਕਿਹੜੀ ਕੌਮ ਸੀ। ਅਤੇ ਰਾਤ ਨੂੰ 8:30-8 ਵਜੇ ਅਸੀਂ ਨਿਕਲੇ ਹਾਂ ਪਿੰਡੋਂ। ਹਾਂਜੀ, ਅਤੇ ਲਾਸ਼ਾਂ ਦੇ ਉੱਤੋਂ ਦੀ ਮੈਂ ਮੈਨੂੰ ਸੰਭਾਲਿਆ, ਹੈ ਨਹੀਂ, ਮੇਰਾ ਚਾਚੇ ਦਾ ਪੁੱਤ ਸੀਗਾ ਪਿਓ ਤੋਂ ਮਰ ਗਿਆ। ਹਾਂਜੀ, ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਮੈਂ ਨਾਸਰ ਢਿੱਲੋਂ, ਪੰਜਾਬੀ ਲਹਿਰ ਦੀ ਟੀਮ। ਜਿਵੇਂ ਤੁਹਾਨੂੰ ਪਤਾ, ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਜਾ ਕੇ, ਵੱਖ ਵੱਖ ਜਗ੍ਹਾ 'ਤੇ ਜਾ ਕੇ ਉਹਨਾਂ ਬਜ਼ੁਰਗਾਂ ਨੂੰ ਮਿਲ ਕੇ, ਉਹਨਾਂ ਜਿਨ੍ਹਾਂ 1947 ਦੀ ਵੰਡ ਵੇਖੀ, ਪਾਰਟੀਸ਼ਨ ਵੇਖੀ, ਜਿਹਨੂੰ ਉਜਾੜੇ ਵੀ ਕਹਿੰਦੇ ਨੇ, ਉੱਤੇ ਗੱਲਬਾਤ ਕਰੀਦੀ ਹੈ। ਉਹਨਾਂ ਦੀ ਆਪ ਬੀਤੀ, ਉਹਨਾਂ ਦੀ ਹੱਟ ਬੀਤੀ ਉਹਨਾਂ ਕੋਲੋਂ ਪੁੱਛੀ ਦੀ ਹੈ, ਉਹਨਾਂ ਦੀ ਜ਼ਬਾਨੀ। ਸੋ ਉਸੇ ਪ੍ਰੋਗਰਾਮ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਸਾਂ 255 ਬੁਗਣਾ ਡਿਜਕੋਟ ਫੈਸਲਾਬਾਦ ਵਿੱਚ। ਸਾਡੇ ਨਾਲ ਬਜ਼ੁਰਗ ਮੌਜੂਦ ਨੇ। ਉਦੋਂ ਜਦੋਂ ਵੰਡ ਪਈ, ਉਜਾੜੇ ਪਏ, ਇਹਨਾਂ ਦੀ ਉਮਰ 12-13-14 ਸਾਲ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਕੋਲ ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਸਟੋਰੀ, ਉਹਨਾਂ ਦੀ ਜ਼ਬਾਨੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਠੀਕ ਠਾਕ ਹੋ ਬਜ਼ੁਰਗੋ? ਸ਼ੁਕਰ ਅੱਲਾਹ ਦਾ, ਠੀਕ ਹੈ। ਨਾਂ ਕੀ ਤੁਹਾਡਾ? ਮੇਰਾ ਨਾਮ ਮੁਹੰਮਦ ਸਦੀਕ ਹੈ। ਮੁਹੰਮਦ ਸਦੀਕ, ਅਤੇ ਅੱਬਾ ਜੀ ਦਾ? ਵਲੀ ਮੁਹੰਮਦ। ਵਲੀ ਮੁਹੰਮਦ, ਅਤੇ ਹੁਣੀ ਉਮਰ ਕਿੰਨੀ ਕੁ ਹੋਣੀ ਤੁਹਾਡੀ ਹੁਣ? 85 ਸਾਲ ਹੋ ਗਏ। 85 ਜਦੋਂ ਪਏ ਆ ਜਾੜੇ ਵੰਡ ਹੋਈ, ਉਦੋਂ ਕੋ 12 ਸਾਲ ਯਾਦ ਹੈ ਸਾਰਾ ਕੁਝ?
ਠੀਕ ਤੇ ਕਿਹੜਾ ਸੀ ਪਿੰਡ ਪਿੱਛੇ ਆਪਣਾ ਬਜ਼ੁਰਗ? ਜਗਰਾਵਾਂ। ਜਗਰਾਵਾਂ ਹੁਣ ਤੇ ਉਦੋਂ ਪਿੰਡ ਸੀ ਉਹ? ਪਿੰਡ ਨਾਲ ਆਬਾਦੀ ਸੀ ਜੀ। ਅੱਛਾ ਅੱਛਾ। ਜਗਰਾਵਾਂ ਦੇ ਠੀਕ ਠੀਕ। ਸ਼ਹਿਰ ਚ ਰਹਿੰਦੇ ਸੀਗੇ, ਉਸ ਤੋਂ ਬਾਅਦ ਫਿਰ ਆਪਾਂ ਆਪਣੀਆਂ ਜ਼ਮੀਨਾਂ ਹੀ ਮਕਾਨ ਬਣਾ ਲਏ। ਜਗਰਾਵਾਂ ਦੇ ਕਿਹੜੇ ਪਾਸੇ ਪੈਂਦੀ ਤੁਹਾਡੀ ਪੈਲੀ ਜ਼ਮੀਨ? ਪਿੰਡ ਵੀ ਦੱਸਾਂ। ਹਾਂਜੀ ਹਾਂਜੀ। ਪਿੰਡ ਹਾਂਜੀ ਕੋਕਰੀ ਸੀ ਲਾਗੇ। ਹਾਂਜੀ ਹਾਂਜੀ। ਸਿਖਾਣਾ ਪਿੰਡ ਸੀਗਾ ਕੋਕਰੀ। ਕੋਕਰੀ ਹਾਂ। ਤੇ ਲਹਿੰਦੇ ਪਾਸੇ ਸਾਡੀ ਆਬਾਦੀ ਸੀ। ਹਾਂਜੀ। ਜਗਰਾਵਾਂ ਦੇ ਨਾਲ। ਅੱਛਾ ਜੀ। ਜਿਹੜੀ ਮੋਕੇ ਨੂੰ ਸੜਕ ਗਈ। ਹਾਂਜੀ। ਮੋਕੇ ਨੂੰ ਸੜਕ ਆਉਂਦੀ ਸੀ ਲੁਧਿਆਣੇ। ਉਹਦੇ ਉੱਤੇ। ਅੱਛਾ ਜੀ। ਹੋਰ ਕਿਹੜੇ ਕਿਹੜੇ ਸੀ ਪਿੰਡ ਲਾਗੇ ਪੈਂਦੇ? ਹੋਰ ਜੀ ਪਰ ਸਾਡੇ ਗੁਜਰਾਂ ਦਾ ਹੀ ਪਿੰਡ ਸੀ ਜ਼ਿਆਦਾ। ਅੱਛਾ ਜੀ। ਗੁਜਰ ਬਰਾਦਰੀ? ਮੁਸਲਮਾਨਾਂ ਦੇ। ਅੱਛਾ ਅੱਛਾ ਅੱਛਾ। ਹਾਂਜੀ। ਸਾਡੇ ਲਾਗੇ ਕੋਕਰੀ ਸੀ, ਉਹਦੇ ਮੈਨੂੰ ਯਾਦ ਆ। ਹੋਰ ਕੋਕਰੀ ਦਾ ਯਾਦ ਹੈ। ਅੱਛਾ ਇਹ ਦੱਸੋ ਵੀ ਆਪਣਾ ਜਿੱਥੇ ਤੁਸੀਂ ਉਦੋਂ ਰਹਿੰਦੇ ਸੋ ਤਾਂ ਤੁਹਾਡੇ ਕਿੰਨੇ ਘਰ ਸੀ ਉੱਥੇ? ਤੁਹਾਡੇ ਉਹ ਜਿੱਥੇ ਆਪਣੀ ਪੈਲੀ ਦੇ ਵਿੱਚ ਬਣਾਏ ਸੀ ਚਾਚੇ ਤਾਇਆਂ ਦੇ ਆਪਣੇ ਘਰ ਸੀ? ਹਾਂਜੀ। ਉਹ ਤਾਂ ਕਾਫੀ ਆਬਾਦੀ ਸੀ ਸਾਡੀ। ਕਿੰਨੀ ਘੋਣੀ ਆ? ਤਕਰੀਬਨ 100 ਘਰ ਹੈਗਾ ਸੀ। 100 ਘਰ? ਹਾਂਜੀ। ਨੰਬਰਦਾਰ ਕੌਣ ਸੀ? ਨੰਬਰਦਾਰ ਮੇਰੇ ਯਾਦ ਨਹੀਂ। ਯਾਦ ਕੋਈ ਨਹੀਂ। ਤੇ ਇੱਧਰ ਕਿੱਥੇ ਕਿੱਥੇ ਆ ਕੇ ਬੈਠੇ ਹੋ ਤੁਹਾਡੇ ਲਾਗੇ ਜਿਹੜੇ 100 ਘਰ ਸੀ? ਇੱਥੇ। ਹਾਂਜੀ। ਇੱਥੇ ਆਣ ਕੇ ਬਾਅਦ ਇੱਥੇ ਦੁਨੀਆਂ ਖਿਲਰ ਗਈ। ਪੰਡੋਰੀ ਸੋਹਲ ਪੰਡੋਰੀ ਆ ਝੰਗ ਰੋਡ ਤੇ। ਹਾਂਜੀ। ਉੱਥੇ ਬੈਠਾ ਸਾਰਾ ਪਿੰਡ ਹੀ ਤਕਰੀਬਨ। ਹਾਂਜੀ। ਤੇ ਦੂਏ ਇੱਦਾਂ ਹੀ ਖਿਲਰ ਖੁਲਰ ਗਏ। ਖਿਲਰ ਖੁਲਰ ਗਏ ਬਹਿ ਗਏ ਰਿਸ਼ਤੇਦਾਰੀਆਂ ਦੇ। ਹਾਂਜੀ। ਬਾਅਦ ਜਿੱਥੇ ਕਿਤੇ ਕੋਈ ਟਿਕਾਣਾ ਲੱਭ ਗਿਆ ਉੱਥੇ ਬਹਿ ਗਿਆ। ਅੱਛਾ ਜੀ। ਜ਼ਮੀਨਾਂ ਲਾਟ ਹੋ ਗਈਆਂ। ਹਾਂਜੀ। ਵੀ ਜਿੱਥੇ ਜਿੱਥੇ ਜਗ੍ਹਾ ਲੱਭੀ ਬਹਿ ਗਏ। ਤੇ ਤੁਸੀਂ ਇੱਥੇ ਕਿੰਨੇ ਘਰ ਆਏ ਜੀ ਬੋਗਣਾ ਜੇ? ਇੱਥੇ ਅਸੀਂ ਘਰ ਆ ਜੀ 4। ਅੱਛਾ। ਆਪਣੀ ਬਰਾਦਰੀ ਆਪਣੇ ਘਰ ਹੀ ਸਾਰੇ? ਬਰਾਦਰੀ ਉਸੇ ਇੱਕੋ ਪਿੰਡ ਦੇ ਆ। ਇੱਕੋ ਪਿੰਡ ਦੇ ਆ। ਠੀਕ ਹੈ। ਤੇ ਪਿੰਡ ਆਪਣੇ ਪਿੰਡ ਦੇ ਵਿੱਚ ਹੋਰ ਕਿਹੜੇ ਸੀ ਕਸਬੇਦਾਰਾਂ ਦੇ ਘਰ ਵੀ ਆ ਗਏ ਸੀ ਕੋਈ? ਹੈਂ। ਕਸਬੇਦਾਰਾਂ ਦੇ? ਨਹੀਂ ਸਾਡੇ ਮੁਸਲਮਾਨਾਂ ਦੇ ਵਿੱਚ ਕੋਈ ਸ਼ਾਇਦ ਨਹੀਂ। ਨਹੀਂ ਕਸਬੇਦਾਰਾਂ ਦੇ ਮਤਲਬ ਵੀ ਉਹ ਜਿਹੜੇ ਹੁੰਦੇ ਆ ਆਪਣਾ ਕੰਮ ਕੁੰਮ ਕਰਨ ਵਾਲੇ ਮੋਚੀ ਤੇ ਲੀ ਜੀ। ਸਾਡੇ ਜ਼ਿਆਦਾ ਚਮਾਰ ਸਾਤੇ ਸੀ ਉਹਨਾਂ ਨੂੰ। ਹਾਂਜੀ। ਚਮਾਰਾਂ ਦੀ ਜ਼ਿਆਦਾ ਆਬਾਦੀ ਸੀ। ਉਹ ਕਿੰਨੇ ਸੀ ਘਰ? ਉਹ ਸ਼ਹਿਰ ਦੇ ਵਿੱਚ ਸੀ, ਸਾਡੇ ਆਬਾਦੀ ਦੇ ਵਿੱਚ ਕੋਈ ਨਹੀਂ। ਤੁਹਾਡੇ ਵੱਲ ਕੋਈ ਨਹੀਂ ਸੀ? ਹਾਂਜੀ। ਅੱਛਾ ਸਰ ਮੁਸਲਮਾਨ ਹੀ। ਅੱਛਾ ਤੁਸੀਂ ਮੈਨੂੰ ਦੱਸਣ ਡਏ ਸੋ ਵੀ ਜਦੋਂ ਤੁਸੀਂ ਆਏ ਜੇ ਇੱਧਰ ਜਦੋਂ ਉਜਾੜੇ ਪਏ ਆ ਉਦੋਂ ਕਿਵੇਂ ਦੇ ਹਾਲਾਤ ਸੀ ਉਹ ਜ਼ਰਾ ਤੁਸੀਂ ਦੱਸ ਦਿਓ ਸਾਰਾ ਵੀ ਕਿਵੇਂ ਕਿਵੇਂ ਤੁਰੇ ਕਿਵੇਂ ਆਏ ਜੀ। ਸਾਡੇ ਤੇ ਹੜ ਜਲਾ ਬੋਲਿਆ ਸ਼ਾਮ ਨੂੰ 4 ਵਜੇ। ਹਾਂਜੀ ਹਾਂਜੀ ਹਾਂਜੀ। ਤੇ ਸਾਡੀਆਂ ਆਬਾਦੀਆਂ 7 ਸੀ ਗੁਜਰਾ ਦੀਆਂ, 7 ਇੱਕ ਪਿੰਡ 'ਚ ਇਕੱਠੀਆਂ ਹੋ ਗਈਆਂ। ਹਾਂਜੀ ਹੈਂਜੀ ਹਾਂਜੀ। ਮੁੜ ਕੇ ਉਸ ਤੋਂ ਬਾਅਦ ਫੈਰਨ ਲੱਗ ਗਈ, ਹੁਣ ਜਨਾਨੀਆਂ ਬੱਚੇ ਅੰਦਰ ਵੜ ਗਏ। ਸਿੱਖਾਂ ਨੇ ਕੀ ਕੀਤਾ, ਉਹਨਾਂ ਨੇ ਛੱਤਾਂ ਪੱਟ ਕੇ ਨਾ ਅਤੇ ਅੱਗਾਂ ਮਿੱਟੀ ਦਾ ਤੇਲ ਸੁੱਟ ਕੇ ਅੱਗਾਂ ਲਾ ਦਿੱਤੀਆਂ ਉੱਤੇ। ਉਹ ਕਿੱਥੋਂ ਦੇ ਸੀ ਜਿਹਨਾਂ ਲਾਈਆਂ ਅੱਗਾਂ? ਉਹ ਆਸੇ ਪਾਸੇ ਆ ਕੋਕਰੀ ਹੋ ਗਈ ਜਾਂ ਕਿ ਆਸੇ ਪਾਸੇ ਜਿਹੜੀ ਹਲਚਲਾ ਜੋ ਮੱਚ ਗਿਆ। ਠੀਕ ਹੈ। ਆਵਾਮ ਪਈ ਦੂਰੋਂ ਦੂਰੋਂ। ਹਾਂਜੀ। ਅਤੇ ਸਾਡੇ ਉਹ ਗੁਜਰਾਂ ਦੇ 7 ਪੇੜੇ ਸੀ ਇਕੱਠੇ ਹੋ ਗਏ। ਫਿਰ ਇੱਕ ਰਾਈਫਲ ਵਾਲਾ ਸੀਗਾ ਫੌਜੀ, ਉਹ ਫਿਰ ਜਿਹੜਾ ਵੀ ਉੱਥੇ ਚੜ੍ਹਦਾ ਸੀ ਮਿੱਟੀ ਦਾ ਪੀਪਾ ਲੈ ਕੇ ਉਹਦੇ ਫੈਰ ਮਾਰਦਾ ਹੈਂਜੀ, ਅੱਗਾਂ ਲਾ ਦੀਆਂ ਹੈਂਜੀ। ਉਸ ਤੋਂ ਬਾਅਦ ਇੱਕ ਰਾਤ ਅਗਲਾ ਦਿਨ ਚੜ੍ਹ ਗਿਆ, ਇੱਦਾਂ ਹੜਜਲਾ ਹੁੰਦਾ ਰਿਹਾ। ਅਗਲੀ ਰਾਤ ਫਿਰ ਆ ਗਈ, ਫਿਰ ਮਿਲਟਰੀ ਆਈ ਗੋਰਖਿਆਂ ਦੀ, ਉਹ ਗੋਰਖਿਆਂ ਦੀ ਨੇ ਫਿਰ ਫਾਇਰਿੰਗ ਕੀਤੀ। ਫਿਰ ਬਹੁਤ ਦੁਨੀਆਂ ਮਰੀ ਸੀ, ਲਾਸ਼ਾਂ ਨੇ ਉੱਤੋਂ ਹੀ ਲੰਘ ਕੇ ਆਏ ਇਸ਼ਾ ਵੇਲੇ 8-9 ਵਜੇ। ਤੁਸੀਂ ਆਏ ਉਹਦੇ ਨਾਲ ਆਪਣਾ ਕਾਫਲੇ ਨਾਲ ਆਏ? ਕਾਫਲੇ ਨਾਲ। ਕਿੱਥੇ ਸੀ ਕਾਫਲਾ ਤੁਹਾਡਾ ਬਣਿਆ? ਕਾਫਲਾ ਸਿੱਧਵਾਂ ਸਲੇਮਪੁਰਾ। ਸਿੱਧਵਾਂ? ਸਿੱਧਵਾਂ ਸਲੇਮਪੁਰਾ। ਅੱਛਾ ਜੀ। ਸਾਡੇ ਜ਼ਿਲ੍ਹੇ ਤੋਂ ਅੱਗੇ ਕਰਕੇ ਸਿੱਧਵਾਂ ਸਲੇਮਪੁਰਾ, ਉੱਥੇ ਸਾਡਾ ਕੈਂਪ ਲੱਗਾ। ਹਾਂਜੀ। ਉੱਥੇ ਕਿੰਨੀ ਉੱਥੇ ਅਸੀਂ ਰਹੇ ਹਾਂ? ਕਿੰਨੀ ਦੇਰ ਰਹੇ ਉੱਥੇ? ਤਕਰੀਬਨ ਕੋਈ 15 ਦਿਨ ਕਾਫਲਾ ਬੈਠਾ ਰਹੇਗਾ। ਹਾਂਜੀ। ਜ਼ਿਆਦਾ। ਹਾਂਜੀ। ਕਿਉਂ ਉਹ ਜਿਹੜੇ ਮਿਲਟਰੀ ਦੇ ਬੰਦੇ ਸੀਗੇ ਉਹ ਬਹੁਤ ਤੰਗ ਕਰਦੇ ਸੀ, ਰਾਤ ਨੂੰ ਬੈਠਕਾਂ ਕਢਾਉਣੀਆਂ ਹੈਂਜੀ, ਤੇ ਸੌਣ ਨਾ ਦੇਣਾ। ਬੈਠ ਕੇ ਕਢਾਉਣੀ ਕੌਡੀ ਕੌਡੀ ਕਢਾਉਣੀ ਤਾਂ ਉੱਠਦੇ ਸੀ। ਅੱਛਾ। ਆ ਸਿਆਣਿਆਂ ਮੰਨਿਆ ਤੂੰ। ਹਾਂਜੀ ਠੀਕ ਹੈ। ਜੋ ਜਿਹੜੇ ਸਿੱਖ ਸੀਗੇ ਉਹ ਨਹੀਂ ਆਉਣ ਦਿੰਦੇ, ਜੱਫੀਆਂ ਪਾ ਪਾ ਕੇ ਮਿਲਦੇ ਸੀ, ਇਹਨਾਂ ਨਾ ਜਾਓ ਅਸੀਂ ਤੁਹਾਡਾ ਬਿਲਕੁਲ ਇੰਤਜ਼ਾਮ ਕਰਾਂਗੇ। ਤੁਹਾਡੇ ਪਿੰਡ ਆਏ ਆਸੇ ਪਾਸੇ ਯਾਰ ਦੋਸਤ ਨਾਲਿਆਂ ਦੇ ਜੋ ਉਹਨਾਂ ਮਾਰਿਆ ਵੀ ਆ ਕੇ ਅੱਗਾਂ ਲਾਉਂਦੇ ਸੀ, ਨਾਲਿਆਂ ਦੇ ਵੀ ਅੱਗਾਂ ਉੱਗਾਂ ਲਾਉਂਦੇ ਸੀ ਆ ਕੇ ਅੱਗ। ਉਹ ਤਾਂ ਫਿਰ ਬਾਹਰ ਹੀ ਅਮਾਮ ਲਾਉਂਦੀ ਸੀ ਕਿ ਬਾਹਰ ਜਿਹਨਾਂ ਨਾਲ ਤਲਕ ਸੀਗੇ ਸਿੱਖਾਂ ਨਾਲ, ਉਹ ਬਾਹਰ ਦੁਨੀਆਂ ਪੈ ਗਈ। ਹੁਣ ਲੰਬੜਦਾਰ ਇੱਕ ਮੇਰਾ ਹਮਦਰਦੀ ਆ,
ਤੇ ਬਾਹਰੋਂ ਤੁਸੀਂ ਪੈ ਜਾਂਦੇ ਆ ਇਹਨੂੰ ਏਦਾਂ ਹੋਈ। ਤੁਸੀਂ ਆਖਣ ਡਿਆ ਸੋ ਵੀ ਪਹਿਲਾਂ ਦੱਸਣ ਡਿਆ ਸੋ ਵੀ ਇਹਦੇ ਵਿੱਚ ਤੁਹਾਡਾ ਕੋਈ ਭਰਾ ਵੀ ਉੱਥੇ ਰਹਿ ਗਿਆ? ਹਾਂਜੀ ਮੇਰਾ ਭਾਈ ਰਹਿ ਗਿਆ, ਮੇਰੀ ਮਾਂ ਗਈ ਸੀ ਨਾਨਕਿਆਂ ਦੇ। ਕਿਹੜਾ ਨਾਨਕੇ? ਕਿਹੜਾ ਪਿੰਡ ਤੁਹਾਡਾ? ਨਾਨਕੇ ਦਾ ਪਿੰਡ ਕਿਹੜਾ? ਫੂਲੇ ਵਾਲਾ ਧਨੌਲੇ ਦੇ ਨਾਲ। ਫੂਲੇ ਵਾਲਾ ਧਨੌਲੇ ਦੇ ਨਾਲ? ਹਾਂਜੀ। ਅੱਛਾ, ਇੱਕ ਪਿੰਡ ਹੋਰ ਹੈਗਾ ਘੰਨਾ ਮੰਨਾ ਉਹਨੂੰ ਸਾਡੇ ਆ। ਇਹਨਾਂ ਤਿੰਨਾਂ ਪਿੰਡਾਂ ਦੀ ਨਾ ਇੱਕ ਥਾਂ ਬੰਨਾ ਰਲਦਾ। ਅੱਛਾ ਜੀ। ਫੂਲੇ ਵਾਲਾ ਸੀ ਪਿੰਡ ਧਨੌਲੇ ਦੇ ਨਾਲ। ਅੱਛਾ ਜੀ। ਘੰਨਾ ਮੰਨਾ ਵੀ ਨਾਲ ਸੀ ਦੱਸਦੀ, ਸਿਆਣਿਆਂ ਬੰਦਿਆਂ ਨੂੰ ਦੱਸਿਆ ਨਾ। ਨਹੀਂ ਤੇ ਕਿਵੇਂ ਰਹਿ ਗਿਆ ਭਰਾ ਤੁਹਾਡਾ ਉੱਥੇ? ਉਹਦੀ ਮੇਰੀ ਮਾਂ ਗਈ ਸੀ ਨਾਨਕਿਆਂ ਦੇ। ਹਾਂਜੀ। ਬੱਚਾ ਸੀਗਾ ਦੋ ਚੌਂਦਾ ਸੀ ਨਾਲ ਲੈ ਗਈ। ਹਾਂਜੀ। ਪਿੱਛੇ ਸਾਡੇ ਤੇ ਹੜਜਲਾ ਮੱਚ ਗਿਆ। ਹਾਂਜੀ। ਹੈਂ ਹਾਂਜੀ। ਪਿਓ ਉੱਥੇ ਮਰ ਗਿਆ। ਹਾਂਜੀ। ਹੈਂ ਉਸ ਇਹਨਾਂ ਫਲੌਲਿਆਂ ਦੇ? ਹਾਂਜੀ ਹੜਜਲੇ 'ਚ ਹੀ ਮਰਿਆ। ਤਾਂ ਆਪਣੇ ਪਿੰਡ ਹੀ ਕਿ ਫੂਲੇ ਵਾਲੇ? ਨਹੀਂ ਨਹੀਂ ਇੱਥੇ ਆ ਸਾਡੇ ਜਗਰਾਵਾਂ 'ਚ ਜਿਹੜਾ ਹੜਜਲਾ ਮੱਚਿਆ। ਹਾਂਜੀ। ਉਹਦੇ ਵਿੱਚ ਹੀ ਹੋ ਗਏ? ਉਹਦੇ ਵਿੱਚ ਮੇਰਾ ਪਿਓ ਮਾਰਤਾ ਸੀ ਮਿਲਟਰੀ ਨੇ। ਮਿਲਟਰੀ ਨੇ ਫਾਇਰਿੰਗ ਕੀਤੀ ਜਾ। ਮਿਲਟਰੀ ਨੇ? ਮਿਲਟਰੀ ਨੇ। ਅੱਛਾ ਜੀ। ਸਿੱਖਾਂ ਨੇ ਸੀ ਮੰਨਿਆ ਮੰਨਿਆ ਸੱਤ ਪਿੰਡ ਕਿਤੇ ਥੋੜੇ ਜਿਹੇ ਨਹੀਂ ਸੀ। ਮਿਲਟਰੀ ਗੋਰਖਿਆਂ ਦੀ ਸੀ ਇਹ ਵੀ ਮੈਨੂੰ ਹੋਰ ਉਹ ਆਈ ਉਹ ਮਿਲਟਰੀ ਨੇ ਸਾਡੇ 'ਤੇ ਹਮਲਾ ਕੀਤਾ। ਫਿਰ ਦੁਨੀਆ ਬਹੁਤ ਮਰੀ ਅੱਗਾਂ ਲਾ ਦੀਆਂ ਛੱਤਾਂ। ਕਿੰਨੇ ਕੁ ਲੋਕ ਉਦੋਂ ਮਰੇ ਹੋਣੇ ਉਹਨਾਂ ਰੌਲਿਆਂ 'ਚ? ਹਰਜੜਿਆਂ 'ਚ ਕਿੰਨੇ ਕੁ ਲੋਕ ਤੁਹਾਡੇ ਉਸ ਕੈਂਪ 'ਚ ਮਰੇ ਹੋਣੇ? ਸੱਤ ਪਿੰਡ ਇੱਕ ਪਿੰਡ 'ਚ ਇਕੱਠੇ ਸੀ। ਅੱਛਾ ਜੀ। ਸੱਤ ਆਬਾਦੀਆਂ ਸੀ ਇੱਕ ਪਿੰਡ 'ਚ ਇਕੱਠੇ ਹੋ ਗਏ ਵੀ ਜਾਣਾ ਨਹੀਂ। ਹਾਂਜੀ। ਇੱਥੇ ਜਾਣਾ ਨਹੀਂ ਗਾ। ਜਾਣਾ। ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ ਹੁਣ? ਬਹੁਤ ਪੁੱਛੀ ਨਾ। ਲਾਸ਼ਾਂ ਨੇ ਉੱਤੋਂ ਦੀ ਰਾਤ ਨੂੰ 9 ਵਜੇ ਅਸੀਂ ਉਹਨਾਂ ਫਾਇਰਿੰਗ ਬੰਦ ਕੀਤੀ ਮਿਲਟਰੀ ਨੇ। ਹਾਂਜੀ। ਗੋਰਖਿਆਂ ਦੀ ਮਿਲਟਰੀ ਸੀ, ਪਤਾ ਨਹੀਂ ਕਿਹੜੀ ਕੌਮ ਸੀ ਉਹ। ਅਤੇ ਰਾਤ ਨੂੰ 8:30 ਵਜੇ ਅਸੀਂ ਨਿਕਲੇ ਹਾਂ ਪਿੰਡੋਂ। ਹਾਂਜੀ। ਅਤੇ ਲਾਸ਼ਾਂ ਦੇ ਉੱਤੋਂ ਦੀ ਮੈਨੂੰ ਸੰਭਾਲਿਆ। ਹੈਂਜੀ। ਮੇਰਾ ਚਾਚੇ ਦਾ ਪੁੱਤ ਸੀਗਾ ਪਿਓ ਤੋਂ ਮਰ ਗਿਆ। ਹਾਂਜੀ। ਉਹਨੇ ਮੇਰੀ ਬਾਂਹ ਫੜੀ ਹੋਈ ਸੀ, ਇੱਕ ਮੇਰੀ ਭੈਣ ਸੀ। ਹੈਂਜੀ। ਉਹ ਜੁੱਤੀ ਉਦੋਂ ਮੌਜੇ ਸੱਜੀ ਦੇ ਸੀ ਪੈਰਾਂ ਦੀ ਜੁੱਤੀ ਨੂੰ। ਉਮਰ ਮੇਰਾ ਮੌਜਾ ਡਿੱਗ ਪਿਆ। ਉਹ ਕਹਿੰਦਾ ਆ ਵੀ ਲਾ ਕੇ ਸਿਰ ਦੇ ਜੀਂਦੇ ਰਹੇ ਹੋਰ ਰੱਬ ਦੇ ਜੀ। ਮੈਂ ਉਹ ਵੀ ਸਿੱਖਦਾ। ਅੱਛਾ, ਤੁਹਾਡੇ ਅੱਬਾ ਜੀ ਤੇ ਹੋ ਗਏ ਉੱਥੇ ਉਹਨਾਂ ਦਾ ਕਤਲ ਹੋ ਗਿਆ। ਹਾਂਜੀ। ਤੇ ਤੁਹਾਡੀ ਮਾਂ? ਮਾਂ ਮੇਰੀ ਨਾਨਕਿਆਂ ਦੇ ਗਈ ਸੀ। ਅੱਛਾ। ਮੇਰੇ ਭਾਈ ਨੂੰ ਨਾਲ ਭੋਲਿਆ ਫੁੱਲੇ ਵਾਲੇ? ਫੁੱਲੇ ਵਾਲੇ। ਅੱਛਾ ਜੀ। ਹਾਂਜੀ। ਤੇ ਉਹ ਤੁਹਾਡੀ ਕਿਵੇਂ ਵਾਲਦਾ ਤੁਹਾਡੀ ਆ ਗਏ ਫਿਰ ਇੱਧਰ? ਨਾ ਜੀ ਨਾ, ਉਹ ਸਿੱਖਾਂ ਨੇ ਨਹੀਂ ਆਉਣ ਦਿੱਤੀ। ਉਹ ਕਹਿੰਦੇ ਬਿਲਕੁਲ ਅਸੀਂ ਨਹੀਂ ਜਾਣ ਦੇਣਾ ਸਰ, ਤੁਸੀਂ ਆਰਾਮ ਨਾਲ ਬਹਿ ਜਾਓ, ਤੁਹਾਡੇ ਲਾਗੇ ਨਾ ਕੋਈ ਜਾਵਾ। ਉਹ ਰਿਆਸਤ ਸੀ ਨਾ। ਹਾਂਜੀ। ਤੇ ਉਹਨਾਂ ਨੇ ਨਹੀਂ ਆਉਣ ਦਿੱਤੇ। ਅੱਛਾ। ਉੱਥੇ ਰਹੇ ਆ ਵਾਹ ਮਾਨ, ਹਜੇ ਵੀ ਉੱਥੇ ਹੀ ਬੈਠੇ ਆ। ਤੂੰ ਰਾਬਤਾ ਹੋਇਆ ਬਾਅਦ 'ਚ ਤੁਹਾਡਾ? ਬਾਅਦ 'ਚ ਜੀ ਬੰਦੇ ਆਉਂਦੇ ਜਾਂਦੇ ਰਹੇ, ਉਹ ਦੱਸਦੇ ਰਹੇ ਆ ਵੀ ਜੀਂਦਾ ਮਾਂ ਤੇਰੀ ਮਰ ਗਈ, ਮੀਆਂ ਚੰਨੂ ਆਉਂਦੇ ਸੀ। ਹੈਂਜੀ। ਕੀ ਨਾਂ ਤੁਹਾਡੀ ਵਾਲਦਾ ਦਾ? ਉਹਦੇ ਨਾਲ ਭਾਗੀ ਸੀ। ਭਾਗੀ। ਤੇ ਉਹ ਤੇ ਤੁਹਾਡੇ ਨਾਨੇ ਹੋਣੀ? ਹੈਂ। ਤੁਹਾਡੇ ਨਾਨਕਾ ਪਰਿਵਾਰ ਦਾ ਨਾਨੇ ਨਾਨਿਆਂ ਦਾ ਘਰ? ਨਾਨੇ ਦਾ ਸਾਡੇ ਦਾ ਉਹ ਨਾਨੇ ਦਾ ਹੋਣੀ ਤਾਂ ਇੱਥੇ ਜਗਰਾਵੀ ਸੀਗੇ। ਅੱਛਾ ਅੱਛਾ। ਹਾਂਜੀ। ਨਹੀਂ ਤੇ ਉਹ ਫੁੱਲੇ ਵਾਲੀ ਕਿਹਦੇ ਕੋਲ ਗਏ ਸੀ? ਮੇਰੇ ਨਾਨਕਿਆਂ ਦੇ ਆਪਦੇ ਪੇਕਿਆਂ ਦੇ ਗਈ ਸੀ। ਅੱਛਾ ਅੱਛਾ ਅੱਛਾ। ਸਮਝਦੇ ਹੋ? ਹਾਂਜੀ ਹਾਂਜੀ। ਪੇਕਿਆਂ ਦੇ ਮਿਲਣ ਗਈ ਸੀ ਮਗਰੋਂ ਜਾਣਾ। ਨਹੀਂ ਉਹਨਾਂ ਦੇ ਪੇਕੇ ਤੁਹਾਡੇ ਨਾਨਕੇ? ਆਹੋ। ਤੇ ਉਹ ਇੱਧਰ ਨਹੀਂ ਆਏ ਪਾਕਿਸਤਾਨ? ਨਹੀਂ ਜੀ, ਉੱਥੇ ਰੱਖ ਲਿਆ ਮੇਰੇ ਮਾਮੇ ਨੇ ਜੋ ਉੱਥੇ ਰਹਿ ਗਿਆ ਉਹ ਵੀ ਰੱਖ ਲਿਆ, ਸਿੱਖਾਂ ਨੇ ਨਹੀਂ ਆਉਣ ਦਿੱਤਾ। ਵੀ ਇਸ ਰੌਲੇ ਰੂਲੇ ਪਏ ਕੋਈ ਨੁਕਸਾਨ ਨਾ ਹੋ ਜਾਵੇ? ਨੁਕਸਾਨ ਨਾ ਹੋ ਜਾਵੇ, ਮਾਰ ਦੇਣਗੇ। ਤੁਹਾਡੇ ਭਰਾ ਦਾ ਕੀ ਨਾਂ? ਉਹਦੇ ਨਾਂ ਹਬੀਬ। ਹਬੀਬ। ਹਾਂਜੀ। ਨਹੀਂ ਤੂੰ ਕੋਈ ਫੋਨ ਤੇ ਗੱਲ ਨਹੀਂ, ਕੋਈ ਚਿੱਠੀ ਚੁੱਠੀ ਨਹੀਂ? ਉਸ ਤੋਂ ਬਾਅਦ ਚਿੱਠੀ ਨਹੀਂ, ਬਸ ਬੰਦੇ ਦਾ ਇੱਦਾਂ ਸੁਨੇਹਾ ਸੁਨਵਾ ਜਾਣਾ। ਇੱਕ ਵਾਰੀ ਫੋਟੋ ਲਵਾ ਕੇ ਮੈਂ ਵੀ ਭੇਜੀ ਸੀ ਉੱਥੇ ਆਪਦੀਆਂ ਬੱਚਿਆਂ ਜੀਆਂ ਦੇ। ਹਾਂਜੀ। ਹੈਂਜੀ ਹਾਂਜੀ। ਮੁੜ ਕੇ ਹੁਣ ਕੋਈ ਮਰ ਖਪ ਗਏ ਸਿਆਣੇ ਬੰਦੇ ਸੀਗੇ ਤੇ ਮੈਂ ਹੁਣ ਉਸ ਵੇਲੇ ਨਾਬਾਲਗ ਸੀਗਾ, ਨਹੀਂ ਜਾ ਹੋਇਆ ਮੇਰੇ ਕੋਲ। ਹੈਂਜੀ। ਇਸ ਕਰਕੇ ਉਹ ਸਾਨੂੰ ਅੱਜ ਤਾਂ ਨਹੀਂ ਮਿਲਿਆ, ਹੈ ਹਜੇ ਜਿੰਦਾ ਤੁਹਾਡਾ ਭਰਾ? ਹਾਂਜੀ। ਤੇ ਤੁਹਾਡੀ ਭੈਣ? ਉਹ ਫੌਤ ਹੋ ਗਈ ਸੀ। ਭੈਣ ਫੌਤ ਹੋ ਗਈ। ਹੁਣ ਤੁਸੀਂ ਮੇਰਾ ਮਤਲਬ ਵੀ ਦੋ ਭਰਾ, ਇੱਕ ਉੱਧਰ ਹੈ ਤੇ ਇੱਕ ਇੱਧਰ? ਹਾਂਜੀ। ਉਹ ਲਾਲਪੁਰ ਆਣ ਕੇ ਨਾ ਮੇਰੀ ਭੈਣ ਫੌਤ ਹੋ ਗਈ। ਉਹ ਵੀ ਉਹਨਾਂ ਰੌਲਿਆਂ ਦੇ ਵਿੱਚ ਹੀ ਇੱਥੇ ਆ ਕੇ? ਹਾਂਜੀ ਇੱਥੇ ਆਣ ਕੇ ਮਰੀ। ਫਿਰ ਤੁਸੀਂ ਇਕੱਲੇ ਹੀ ਬਚੇ ਆਪਣੇ ਟੱਬਰ 'ਚੋਂ? ਤੇ ਕਿਹਦੇ ਕੋਲ ਰਹੇ ਫਿਰ? ਬਸ ਇੱਦਾਂ ਹੀ ਨਾ, ਕੋਈ ਰੂੜੀ ਪਿੰਡ ਹੈਗਾ ਜੰਗਲੀਆਂ ਦਾ। ਹਾਂਜੀ। ਉੱਥੇ ਇੱਦਾਂ ਹੀ ਮੰਗ ਪਿੰਡ ਕੇ ਖਾ ਪੀ ਲੈਣਾ। ਆਸਤੇ ਆਸਤੇ ਫਿਰ ਰਿਸ਼ਤੇਦਾਰ ਹੌਲੀ ਹੌਲੀ ਲੱਭ ਲਿਆ। ਫਿਰ ਤਾਂ ਖਿਲਰ ਗਏ ਸੀ ਕੋਈ ਕਿਤੇ ਕੋਈ ਕਿਤੇ। ਤੇ ਚਾਚੇ ਹੋਣੀ ਤੁਹਾਡੇ?
ਚਾਚੇ ਹੋਣੀ ਚਾਚਾ ਕੋਈ ਨਹੀਂ ਤਾਏ ਸੀਗੇ ਹਾਂ ਤਾਏ ਤਾਏ ਉਹ ਵੀ ਫਿਰ ਬਾਅਦ 'ਚ ਮਿਲੇ ਸਾਨੂੰ ਅੱਛਾ ਉਦੋਂ ਤੁਸੀਂ ਇਕੱਲੇ ਰਹਿ ਗਏ ਇਕੱਲੇ ਰਹਿ ਗਏ ਸਿਰਫ ਇੱਕ ਸੀ ਚਾਚੇ ਦਾ ਪੁੱਤ ਬਸ ਹੋਰ ਦੁਨੀਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਗਏ ਕੀ ਹੋਇਆ ਕੀ ਨਾ ਕਿਵੇਂ ਬਾਅਦ 'ਚ ਫਿਰ ਜਦੋਂ ਉੱਧਰੋਂ ਆਏ ਤਾਂ ਤੁਹਾਨੂੰ ਕੋਈ ਪਤਾ ਹੋਣਾ ਵੀ ਕਿਹੜੇ ਪਿੰਡ ਆਏ ਜਾਂ ਲਾਹੌਰ ਆਏ ਪਹਿਲਾਂ ਆਇਆ ਜੀ ਕਸੂਰ ਹਾਂਜੀ ਉਹ ਗੰਡੇ ਸਿੰਘ ਵਾਲਾ ਬਾਰਡਰ ਕੋਈ ਦੱਸਦੇ ਨਾ ਹਾਂਜੀ ਵੱਡਾ ਸਿੰਘ ਉਹ ਟੱਪੇ ਆ ਕਸੂਰ ਆਏ ਕਸੂਰੋਂ ਲਾਹੌਰ ਆਏ ਹਾਂਜੀ ਲਾਹੌਰੋਂ ਫਿਰ ਲੈਲਪੁਰਾ ਲੈਲਪੁਰਾ ਆ ਕੇ ਕਿੱਥੇ ਕਿੱਥੇ ਫਿਰਦੇ ਰਹੇ ਨਾ ਕਲੋਨੀ ਕੈਂਪ ਲੱਗਾ ਅੱਛਾ ਜੀ ਨਾ ਕਲੋਨੀ ਨਹੀਂ ਹੁਣ ਨਾ ਸਿਰ ਤੇ ਮਾਂ ਨਾ ਪਿਓ ਨਾ ਕੋਈ ਭਰਾ ਤੇ ਕੋਈ ਰਹਿਣ ਦਾ ਟਿਕਾਣਾ ਕਿਵੇਂ ਬਣਿਆ ਰਹਿਣ ਦਾ ਟਿਕਾਣਾ ਜਿੱਥੇ ਦੁਨੀਆ ਕੈਂਪ ਲੱਗਾ ਹੋਇਆ ਸੀਗਾ ਉੱਥੇ ਕਿਹੜਾ ਇੱਕ ਸੀ ਉੱਥੇ ਬੇਟੀ ਫਿਰਦੇ ਰਹਿਣਾ ਖਾ ਪੀ ਲੈਣਾ ਕਿਸੇ ਦਾ ਮੂੰਹ ਹਿਲਦਾ ਦੇਖ ਲੈਣਾ ਉਹ ਤੋਂ ਮੰਗ ਲੈਣਾ ਮਾੜਾ ਟਾਈਮ ਵੇਖਿਆ ਮਾੜਾ ਜਦੋਂ ਅਸੀਂ ਉੱਥੋਂ ਤੁਰੇ ਹਾਂ 20-20 ਕਿਲੋ ਛੋਲੇ ਆਹ ਲੋਕਾਂ ਨੇ ਬਣਾ ਲਏ ਮੁੱਠ ਮੁੱਠ ਦਾਣਿਆਂ ਦੀਆਂ ਮੇਰਾ ਇਹ ਸੀਗਾ ਵੀ ਜਦੋਂ ਮੈਂ ਤੁਰੇ ਜਾਣਾ ਕਿਸੇ ਦਾ ਮੂੰਹ ਹਿਲਦਾ ਦੇਖ ਲਿਆ ਉੱਥੇ ਬਹਿ ਜਾਣਾ ਕਹਿਣਾ ਭੁੱਖ ਲੱਗੀ ਦਾਣੇ ਦੇ ਦੇ ਉਹਨੇ ਮੁੱਠ ਦਾਣਿਆਂ 'ਚ ਦੇਣੀ ਉਹ ਖਾ ਕੇ ਪਾਣੀ ਪੀ ਲੈਣਾ ਫਿਰ ਤੁਰ ਪਾ ਪਤਾ ਨਹੀਂ ਇੱਥੇ ਕਿੰਨਿਆਂ ਕੁ ਦਿਨਾਂ 'ਚ ਪੈਦਲ ਆਏ ਹਾਂ ਲੁੱਟੇ ਆ ਗਏ ਤੇ ਕਿੰਨੇ ਸਾਲਾਂ ਬਾਅਦ ਫਿਰ ਤਾਏ ਲੱਭੇ ਇਹ 2 ਸਾਲਾਂ ਬਾਅਦ ਲੱਭ ਗਏ ਕਿਵੇਂ ਲੱਭੇ ਬਸ ਇੱਦਾਂ ਤੇ ਉੱਥੋਂ ਮੇਰੇ ਤੋਂ ਰਿਸ਼ਤੇ ਕਰ ਕੇ ਅੱਗੇ ਫਿਰ ਕੇ ਲੱਭ ਗਏ ਫਲਾਣਾ ਕਿੱਥੇ ਗਿਆ ਹੋ ਗਿਆ ਫਿਰ ਵਾਪਸ ਹੋ ਗਿਆ ਦੁਨੀਆਂ ਤੁਰੀ ਫਿਰਦੀ ਜੀ ਖੇਲ ਗਈ ਫਿਰ ਲੱਭ ਗਏ ਫਿਰ ਤਾਏ ਲੱਭ ਗਏ ਤਾਂ ਭਰਾ ਨਹੀਂ ਹੋ ਜਿਹੜਾ ਪਿਛਲੇ ਪਿਛੇ ਭਰਾ ਦੇ ਮਾਂ ਨਹੀਂ ਮਿਲੇ ਮਾਂ ਫੋਤ ਹੋ ਗਈ ਜੀ ਬਾਅਦ ਦੇ ਅਸੀਂ ਸਾਨੂੰ ਨੀ ਪਤਾ ਤੁਹਾਨੂੰ ਹੀ ਬਹੁਤਾ ਅਹਿਸਾਸ ਹੈ ਵੀ ਭਰਾ ਤੁਹਾਡੇ ਜਿੱਦਾਂ ਸਕਾ ਹੋਵੇ ਫਿਰ ਉਹਨਾਂ ਨੂੰ ਹੁੰਦਾ ਤੇ ਆਪਣੇ ਮੁੰਡਿਆਂ ਨੂੰ ਕਦੀ ਦੱਸਿਆ ਹੈਗਾ ਪੋਤਰਿਆਂ ਪੋਤਰੀਆਂ ਨੂੰ ਮੁੰਡਿਆਂ ਨੂੰ ਵੀ ਕਿਵੇਂ ਮੈਂ ਭਾਈ ਵਕਤ ਵੇਖਿਆ ਕਿਵੇਂ ਪਾਕਿਸਤਾਨ ਬਣਿਆ ਬਹੁਤ ਮੁਸੀਬਤ ਕੱਟੀ ਹੈ ਬਾਰਿਸ਼ਾਂ ਪੈਣੀਆਂ ਨੇਰੀ ਝਾਖੜ ਅਤੇੜ ਦੀਆਂ ਚਾਦਰਾਂ ਲੈ ਕੇ ਉੱਤੇ ਬੈਠਾ ਤੇ ਉਹ ਜਿਹੜੇ ਰਿਹਾ ਉੱਧਰਲੇ ਸੀਗੇ ਉਹ ਕੈਂਪ ਦੇ ਲਾਲੇ ਜਿਹੜੇ ਰਾਤ ਨੂੰ ਪਹਿਰਾ ਦਿੰਦੇ ਸੀ ਕੈਂਪ ਦੇ ਲਾਲੇ ਚਾਰ ਚੇਰੇ ਰੈਫਲਾਂ ਪੋਲੀਆਂ ਸੀ ਉਹ ਮਿਲਟਰੀ ਗੋਰਖਿਆ ਨਹੀਂ ਫਿਰ ਮੁਸਲਮਾਨਾਂ ਦੀ ਮਿਲਟਰੀ ਗਈ ਇਹ ਫਿਰ ਕਾਫਲਾ ਲਿਆ ਜੀ ਉੱਥੋਂ ਤੋਂ ਫਿਰ ਕੋਈ ਸਕੂਨ ਹੋਇਆ ਨਹੀਂ ਨੌਜਵਾਨਾਂ ਕੁੜੀਆਂ ਫੜ ਕੇ ਲੈ ਜਾਂਦੇ ਹੁਣ ਜੇ ਵੀਡੀਓ ਵਹਿੰਦਾ ਹੋਵੇ ਭਰਾ ਤੁਹਾਡਾ ਹਬੀਬ ਜਾਂ ਉਹਦੇ ਕੋਲ ਅਗਾਂਹ ਮੁੰਡੇ ਕੁਛ ਕੀ ਸੁਣਾ ਦੇਣਾ ਉਹਨਾਂ ਨੂੰ ਜੇ ਵਹਿੰਦੇ ਹੋਣ ਤਾਂ ਕੀ ਸੁਣਾ ਦੇਣਾ ਉਹਨੂੰ ਇਹੀ ਸੁਣਾ ਦੇਣਾ ਮੈਂ ਤੇਰੀ ਫਿਰ ਪਾਣੀ ਵਿੱਚ ਕੋਸ਼ਿਸ਼ ਕਰਕੇ ਦੂਜਾ ਭੇਜ ਮਿਲਣ ਨੂੰ ਦਿਲ ਕਰਦਾ ਮੈਂ ਆ ਜਾਊਂਗਾ ਤੇ ਇੰਨੇ ਸਾਲ ਹੋ ਗਏ 70-71 ਸਾਲ 72 ਸਾਲ ਹੋ ਗਏ ਆ ਤੇ ਕਦੀ ਕਮੀ ਨਹੀਂ ਮਹਿਸੂਸ ਹੋਈ ਭਰਾ ਦੀ ਮਾਂ ਦੀ ਫਿਰ ਕੀ ਕਰੀਏ ਮਜਬੂਰੀਆਂ ਭਾਵ ਮਜਬੂਰੀਆਂ ਹੁਣ ਇਕੱਲਾ ਬੰਦਾ ਪਾਲਗਾ ਜਾਂ ਜੋ ਵੀ ਹੈਗਾ ਫਿਰ ਆ ਡਰਦੇ ਰਹੋ ਬਾਰਡਰ ਤੋਂ ਕੀ ਵੀਜ਼ਾ ਵੂਜ਼ਾ ਨਹੀਂ ਬਣਦਾ ਕੀ ਮੁਸੀਬਤ ਕਿੱਥੇ ਪਹਿਲੋਂ ਪਗਾ ਇੱਕ ਦੋ ਵਾਰੀ ਮੈਂ ਕੋਸ਼ਿਸ਼ ਕੀਤੀ ਆ ਇਸਲਾਮਾਬਾਦ ਜਾ ਹਾਂਜੀ ਉੱਥੋਂ ਬਣਦੇ ਬੁਣਦੇ ਆ ਵੀਜ਼ੇ ਮਿਲਦੇ ਆਹੋ ਉੱਥੇ ਵੀ ਜਾ ਇਸਲਾਮਾਬਾਦ ਨੂੰ ਕਿਹੜਾ ਜਾਵੇ ਨਹੀਂ ਮਿਲਿਆ ਫਿਰ ਵੀਜ਼ਾ ਆਉਂਦੇ ਨਾ ਕੋਸ਼ਿਸ਼ ਕੀਤੀ ਹੈ ਹਾਂ ਬਸ ਦਿਲ ਬੜਾ ਕਰਦਾ ਸੀਗਾ ਪਰ ਨਹੀਂ ਚਲੋ ਆਹ ਵੀਡੀਓ ਬਣੀ ਹੈ ਤੁਹਾਡੀ ਉਮੀਦ ਤਾਂ ਬੜੀ ਹੈ ਵੀ ਤੁਹਾਡੇ ਪਿੰਡ ਤੱਕ ਪਹੁੰਚੇਗੀ ਜਿਹੜੇ ਕੋਈ ਤੁਹਾਡੇ ਭਰਾ ਤੁਹਾਡਾ ਜੋ ਜਿੰਦਾ ਆ ਤੇ ਉਹ ਨਹੀਂ ਤੇ ਅੱਗੋਂ ਉਹਨਾਂ ਦੀ ਕੋਲ ਆਦ ਜਿਹੜੀ ਹੋਈ ਤੁਸੀਂ ਉਹਦੀ ਸ਼ਾਦੀ ਸ਼ੁਦਾ ਨਹੀਂ ਹੋਈ ਉਹਨਾਂ ਮਾਮਿਆਂ ਨੇ ਨਾ ਤਾਇਆਂ ਚਾਚੀਆਂ ਸੀ ਮਾਮੇ ਸਕਾ ਮਾਮਾ ਇੱਧਰ ਆ ਗਿਆ ਸੀ ਉਹ ਜਿਹੜੇ ਤਾਇਆਂ ਚਾਚੀਆਂ ਸੀ ਉਹ ਦੋ ਉੱਥੇ ਰਹਿ ਗਏ ਅੱਛਾ ਜੀ ਸਮਝ ਤੇ ਉਹਨਾਂ ਨੇ ਫਿਰ ਉਹ ਆਪਦੇ ਬੱਚੇ ਵਿਆਹ ਲਏ ਉੱਦਾਂ ਹੀ ਰਹਿਣ ਦਿੱਤਾ ਇਹ ਵੀ ਸਾਨੂੰ ਪਤਾ ਬੰਦਾ ਆਇਆ ਸੀ ਇੱਕ
ਕਹਿੰਦਾ ਮੈਨੂੰ ਨਾਲ ਪਿੰਡ ਉਹ ਬੰਦਾ ਦੱਸਦਾ ਸੀ, ਕਹਿੰਦਾ ਤੂੰ ਮੇਰੇ ਕੋਲ ਆ ਜੀ ਫਿਰੋਜ਼ ਫਿਰੋ ਬਹਿ ਕੇ ਮੰਨੇ ਮੰਨੇ ਉੱਤਰ ਜੀ ਉੱਥੋਂ ਆਣ ਕੇ ਕਿਉਂਕਿ ਮੈਂ ਇਹਨੂੰ ਮੁਸਲਮਾਨਾਂ ਦੇ ਘਰ ਛੱਡਿਆ ਉਹ ਤੈਨੂੰ ਛੱਡੇ ਹੋਣਗੇ ਫਿਰ ਮੈਂ ਤੈਨੂੰ ਬੁਲਾ। ਕਿੰਨੇ ਸਾਲ ਹੋਏ ਪਤਾ ਵੀ ਭਰਾ ਜਿੰਦਾ ਵਾ ਹੁਣ ਕੋਈ ਹੋ ਹੀ ਗਏ ਨੇ 5-7 ਸਾਲ। ਅਗਰ ਕੋਈ ਨਾ ਕੋਈ ਆਊ ਜਾਂਦਾ ਸੀ ਸੁਨੇਹਾ ਜਾਣਾ ਜਾਂ ਅਸੀਂ ਇੱਧਰ ਭੇਜ ਦੇਣਾ। ਹੁਣ 5-7 ਸਾਲ ਹੋ ਗਏ ਹੁਣ ਹੁਣ ਕੋਈ ਰਾਬਤਾ ਕੋਈ ਰਾਬਤਾ ਨਹੀਂ ਹੁਣ ਕਰਵਾ ਦਈਏ ਫਿਰ ਰਾਬਤਾ ਬਿਲਕੁਲ ਹੋਣਾ ਚਾਹੀਦਾ ਹੁਣ ਤਾਂ ਫੋਨ ਤੇ ਗੱਲਾਂ ਹੋ ਜਾਂਦੀਆਂ ਬੜੀ ਖੁਸ਼ੀ ਵਾਲੀ ਗੱਲ। ਚਲੋ ਗੱਲ ਕਰਨੇ ਬਜ਼ੁਰਗਾਂ ਦੇ ਨਾਲ ਇਹਨਾਂ ਦਾ ਪਿੰਡ ਆਪਣਾ ਤਾਂ ਇਹਨਾਂ ਦੱਸਿਆ ਜਿਹੜਾ ਅੱਗੋਂ ਜਗਰਾਓਂ ਅਤੇ ਫੂਲੇ ਵਾਲਾ ਇਸੇ ਜ਼ਿਲ੍ਹੇ 'ਚ ਪੈਂਦਾ ਜਗਰਾਓਂ ਦੇ ਲਾਗੇ ਸੀ ਧਨੌਲੇ ਦੇ ਨਾਲ ਮਸ਼ਹੂਰ ਧਨੌਲਾ ਧਨੌਲਾ ਅਤੇ ਫੂਲੇ ਵਾਲ ਇਕੱਠੇ ਸੀ ਬੰਨੇ ਰਲਦੇ ਅਸੀਂ ਦੱਸਦੇ ਹੁੰਦੇ ਅੱਗੇ ਵੀਡੀਓ 'ਚ ਅਸੀਂ ਛੋਟੀ ਛੋਟੀ ਕੋਸ਼ਿਸ਼ ਕਰਦੇ ਰਹੀਦਾ ਕਮੋ ਬੇਸ਼ ਆਪਾਂ ਕੋਈ 150+ ਲੋਕ ਜਿਹੜੇ ਆਪਸ 'ਚ ਉਹਨਾਂ ਨੇ ਰਾਬਤੇ ਜਿਹੜੇ ਕਰਵਾ ਚੁੱਕੇ ਜਿਹੜੀਆਂ ਵਿਛੜੀਆਂ ਫੈਮਿਲੀਆਂ ਸਨ ਫਿਰ ਇਸ ਤਰ੍ਹਾਂ ਹੀ ਭੈਣਾਂ ਭਰਾ ਜਾਂ ਯਾਰ ਦੋਸਤ ਵਿਛੜੇ ਸਨ। ਇੱਕ ਹੋਰ ਬਜ਼ੁਰਗ ਨੇ ਜਿਨ੍ਹਾਂ ਦੇ 72 ਵਰੇ ਹੋ ਗਏ ਭਾਈ ਉਹਨਾਂ ਤੋਂ ਮਾਂ ਅਤੇ ਭਾਈ ਜੁਦਾ ਹੋਏ ਨੇ ਹੋਪਫੁਲੀ ਉਹ ਵੀ ਲੱਭ ਜਾਣਗੇ। ਅਸੀਂ ਨੰਬਰ ਵੀ ਡਿਸਕ੍ਰਿਪਸ਼ਨ 'ਚ ਛੱਡਾਂਗੇ ਇਹਨਾਂ ਦਾ ਇਹਨਾਂ ਦੀ ਅੱਗੋਂ ਬੱਚਿਆਂ ਦਾ ਜੇ ਕੋਈ ਉਹਨਾਂ ਨੂੰ ਜਾਣਦਾ ਹੋਵੇ ਫੂਲੇ ਵਾਲਾ ਧੰਨਾ ਮੰਨਾ ਦੱਸਿਆ ਜੀ ਧੰਨਾ ਮੰਨਾ ਦੇ ਨਾਲ ਆਬਾਦੀ ਹੈ ਫੂਲੇ ਵਾਲਾ ਉੱਥੇ ਦਾ ਧਨੌਲੇ ਦੇ ਕੋਲ ਇਹਨਾਂ ਦੇ ਭਾਈ ਦੇ ਨਾਂ ਹਬੀਬ ਤੇ ਤੁਹਾਡੇ ਜਿਹੜੇ ਮਾਮੇ ਉਹਨਾਂ ਦਾ ਨਾਂ ਕੀ? ਉਹਨਾਂ ਦੇ ਨਾਂ ਇੱਕ ਨਾਂ ਕੰਮਾ ਸੀ ਇੱਕ ਨਾਂ ਸੰਮਾ। ਕੰਮਾ ਦੇ ਸੰਮਾ ਅੱਗੋਂ ਉਹਨਾਂ ਦੇ ਬੱਚੇ ਹੋਣੀ ਆ ਇਹਨਾਂ ਦਾ ਭਾਈ ਜਿਹੜਾ ਹਬੀਬ ਉਹਨਾਂ ਨੂੰ ਕੋਈ ਜਾਣਦਾ ਹੋਵੇ ਤੇ ਇਹਨਾਂ ਤੱਕ ਜ਼ਰੂਰ ਉਹਨਾਂ ਦੀ ਗੱਲ ਰੱਖ ਦਿਓ। ਆਪਾਂ ਨੰਬਰ ਛੱਡ ਦੇਵਾਂਗੇ ਹੋਪਫੁਲੀ ਇਹਨਾਂ ਦਾ ਆਪਸ 'ਚ ਰਾਬਤਾ ਜਿਹੜਾ ਵਾ 72 ਵਰੇ ਟੁੱਟਾ ਵਾ ਉਹ ਦੁਬਾਰਾ ਤੋਂ ਫਿਰ ਜੁੜ ਸਕੇ। ਸੋ ਇਹ ਕਹਾਣੀਆਂ ਸਟੋਰੀਆਂ ਕਰਨ ਦਾ ਮਕਸਦ ਵੀ ਇਹ ਵੀ ਜਿਹੜੇ 72 ਵਰਿਆਂ ਤੋਂ ਵਿਛੜੇ ਲੋਕ ਨੇ ਉਹਨਾਂ ਨੂੰ ਆਪਸ 'ਚ ਇੰਟਰੈਕਟ ਕਰਾਇਆ ਜਾਵੇ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੀ ਦੀ ਹੈ ਕਿ ਉਹਨਾਂ ਦੀ ਗੱਲਬਾਤ ਕਰਵਾਈ ਜਾਵੇ ਜਿਹੜੇ ਰਵਾਬੇ ਟੁੱਟੇ ਨੇ ਦੁਬਾਰਾ ਤੋਂ ਜੋੜੇ ਜਾਣ। ਇੱਕ ਪਿਆਰ ਮੁਹੱਬਤ ਦੀ ਜਿਹੜੀ ਸਾਂਝ ਦੀ ਪਹਿਲਾਂ ਸਾਂਝ ਉਹਦੀ ਬੁਨਿਆਦ ਫਿਰ ਕੋਸ਼ਿਸ਼ ਕਰਨ ਨੇ ਰੱਖਣ ਦੀ। ਹੋਪਫੁਲੀ ਇਹਨਾਂ ਦੇ ਵਿਛੜੇ ਭਾਈ ਜਿਹੜੇ ਮਿਲਣਗੇ ਅਤੇ ਉਹਨਾਂ ਦਾ ਆਪਸ 'ਚ ਰਾਬਤਾ ਵੀ ਹੋਏਗਾ। ਅਤੇ ਇਸੇ ਉਮੀਦ ਅਤੇ ਇਸੇ ਆਸ ਦੇ ਨਾਲ ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਤੋਂ ਮਿਲਦੇ ਹਾਂ ਫਿਰ ਰੱਬ ਰੱਖ।